ਸਤਿ ਸ਼੍ਰੀ ਅਕਾਲ ਜੀ ਮੈਂ ਅਵਿੰਦਰ ਸਿੰਘ ਸਵਾਤ ਕਰਦਾ ਹਾਂ ਸਭ ਜੀ ਦਾ ਤੁਹਾਡੇ ਆਪਣੇ ਪੀਪੀਕੇ ਚੈਨਲ ਉੱਤੇ ਆਪਣੇ ਕੁਇਜ਼ ਦੀ ਤਿਆਰੀ ਕਰੋ ਘਰੇ ਬੈਠੇ ਹੀ ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਪਤੰਤੇ ਸੀ ਵਾਲੀ ਸਾਡੀ ਵੀਡੀਓਜ਼ ਤੇ ਸਾਡੀ ਐਪਲੀਕੇਸ਼ਨ ਦੋਨੋਂ ਹੀ ਫ੍ਰੀ ਨੇ ਤੁਸੀਂ ਦੋਨੋਂ ਦਾ ਲਾਹਾ ਖਟ ਕੇ ਆਪਣੀ ਤਿਆਰੀ ਪਤੰਤੇ ਸੀ ਵਾਲੀ ਕੰਪਲੀਟ ਕਰ ਸਕਦੇ ਹੋ ਸੋ ਜੀ ਕੱਲ ਆਪਣੇ ਹੋ ਗਏ ਸੀ 101 ਪੇਜ ਪੂਰੇ ਅੱਜ ਆਪਾਂ ਕਰਾਂਗੇ 102 ਨੰਬਰ ਪੇਜ ਤੋਂ ਸ਼ੁਰੂ ਤਾਂ ਚਲੋ ਸ਼ੁਰੂ ਕਰਦੇ ਹਾਂ ਆਪਣੀ ਫ੍ਰੀ ਸੀਰੀਜ਼ ਪਤੰਤੇ ਚੀ ਇਨ ਪੰਜਾਬੀ 101 ਪੇਜ ਨੰਬਰ ਜਿਹੜਾ ਕਿ ਹੈ ਸੀ ਆਪਣਾ ਕੰਪਲੀਟ ਹੋ ਗਿਆ ਸੀ ਕੱਲ ਤੇ ਅੱਜ ਆਪਾਂ ਸ਼ੁਰੂ ਕਰ ਲਾਂਗੇ 102 ਨੰਬਰ ਪੇਜ ਜਿਹੜਾ ਕਿ ਆਪਾਂ ਨੇ ਲਓ ਪੈਰ ਟ੍ਰਾਂਸਪੋਰਟੋ ਮੇਰਚੀ ਪੈਰੀਕੋਲੋਸੇ ਪਾਗ ਪਹਿਲਾ ਇਸ ਤੋਂ ਬਾਅਦ ਇਹਦਾ ਇੱਕ ਹੋਰ ਪਾਗ ਹੈ ਟੋਟਲ ਦੋ ਪਾਗ ਨੇ ਸੋ ਇਹ ਵਾਲਾ ਨਿਸ਼ਾਨ ਆ ਪਤਿੰਤੇ ਬੀ ਵਿੱਚ ਵੀ ਆਈ ਆ ਸੀ ਜਿਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਕਿ ਜਿਹੜਾ ਸਮਾਨ ਆਪਾਂ ਟ੍ਰਾਂਸਪੋਰਟ ਕਰਨੇ ਪਏ ਆ ਉਹ ਖਤਰਨਾਕ ਹੈ ਜਿਹੜੀ ਪਿੱਛੇ ਗੱਡੀਆਂ ਆਂਡੀਆਂ ਉਹਨਾਂ ਨੂੰ ਪਤਾ ਲੱਗ ਜਾਂਦਾ ਠੀਕ ਹੈ ਜੀ ਸੋ ਆਪਾਂ ਇਹਦੀ ਤਿਆਰੀ ਕਰਾਂਗੇ ਹੁਣ ਤੇ ਵੱਧਿਆ ਪਹਿਲੇ ਸਵਾਲ ਤੇ ਇਲ ਪਨੈਲੋ ਇਨ ਫਿਗ ਕਹਿੰਦਾ ਫੋਟੋ ਜਿਹੜੀ ਦਿਖਾਈ ਗਈ ਏ ਜਿਹੜੀ ਪੈਨਲੋ ਫੋਟੋ ਵਿੱਚ ਦਿਖਾਈ ਗਈ ਏ ਉਹ ਦੱਸਦੀ ਏ ਕਿ ਜਿਹੜਾ ਗੱਡੀ ਸਮਾਨ ਟਰਾਂਸਪੋਰਟ ਕਰਦੀ ਪਈ ਏ ਉਹ ਇੱਕ ਸਪੈਸ਼ਲ ਕੈਟਾਗਰੀ ਦਾ ਸਮਾਨ ਏ ਜਿਹੜਾ ਕਿ ਖਤਰਨਾਕ ਸਿਕੋਂਦੋ ਲਾਦੀ ਆ ਰਹੀ ਏ ਲਾਡੀ ਆ ਰੇ ਇੱਕ ਸਮਝੋਤਾ ਏ ਇੱਕ ਅਕੋਰਡਾ ਜਿਹੜਾ ਸਾਈਨ ਹੋਇਆ ਸੀ ਯੂਰੋਪੀਅਨ ਕੰਟਰੀਆਂ ਵਿੱਚ ਜਿਹਦੇ ਮੁਤਾਬਿਕ ਹਰ ਇੱਕ ਗੱਡੀ ਜਿਹੜੀ ਖਤਰਨਾਕ ਸਮਾਨ ਟਰਾਂਸਪੋਰਟ ਕਰਦੀ ਪਈ ਏ ਉਹਨਾਂ ਪਿੱਛੇ ਇਦਾਂ ਦੇ ਕੁਛ ਸਿਨਿਆਲੇ ਲੱਗੇ ਹੋਣੇ ਚਾਹੀਦੇ ਨੇ ਠੀਕ ਏ ਜੀ ਸੋ ਆ ਪਹਿਲਾ ਵੀਰੋ ਅੱਗੇ ਕਹਿੰਦਾ ਦੇਵੇ ਐਸ ਤਰੇ ਫਿਸਸਾ ਤੋ ਦਵਾਂਤੀ ਮਿਰਚੇ ਪਰਿਕਲੋਜ਼ਾ ਸਿਕੰਦੋ ਲਾ ਦਿਆ ਰਹੇ ਕਹਿੰਦਾ ਐ ਵਾਲੀ ਜਿਹੜੀ ਪੈਨੈਲੋ ਹੈ ਐ ਲੱਗੀ ਹੋਣੀ ਚਾਹੀਦੀ ਫਿਕਸ ਕੀਤੀ ਹੋਣੀ ਚਾਹੀਦੀ ਹੈ ਦਵਾਂਤੀ ਅੱਗੇ ਦੀ ਇਧਰੋਂ ਪਿੱਛੇ ਗੱਡੀ ਦੇ ਜਿਹੜੀ ਟਰਾਂਸਪੋਰਟ ਕਰਦੀ ਪਈ ਖਤਰਨਾਕ ਸਮਾਨ ਸਿਕੰਦੋ ਲਾ ਦਿਆ ਰਹੇ ਆਦੀ ਆਰ ਦੇ ਸਮਝੋਤੇ ਦੇ ਮੁਤਾਬਿਕ ਠੀਕ ਹੈ ਜੀ ਸੋ ਅੱਗੇ ਪਿੱਛੇ ਦੋਨੋਂ ਪਾਸੇ ਪੈਨੈਲੋ ਲੱਗੇਗੀ ਸੋ ਐ ਵੇਰੋ ਅਗਲਾ ਇਲ ਪੈਨੈਲੋ ਇਨ ਫਿਗੂਰਾ ਦੇ ਵੇ ਐਸ ਰੇ ਦੀ ਟੀਪੋ ਓਮੋਲੋਗਾਤੋ ਵੀ ਜਿਹੜੀ ਇਹ ਵਾਲੀ ਪੈਨੈਲੋ ਹੈ ਓਮੋਲੋਗਾਤੋ ਹੋਣੀ ਚਾਹੀਦੀ ਹੈ ਓਮੋਲੋਗਾਤੋ ਦਾ ਮਤਲਬ ਵੀ ਗਵਰਨਮੈਂਟ ਵੱਲੋਂ ਅਪਰੂਵ ਇੱਕ ਚੀਜ਼ ਹੋਵੇ ਜਿਹੜੀ ਕਹੀ ਗਈ ਹੋਵੇ ਵੀ ਹਾਂ ਇਹ ਚੀਜ਼ ਸਹੀ ਹੈ ਪਰਫੈਕਟ ਹੈ ਤੁਸੀਂ ਇਹਨੂੰ ਵਰਤ ਸਕਦੇ ਹੋ ਜੇ ਮੈਂ ਆਪਣੇ ਇੰਡੀਆ ਵਿੱਚ ਆਈ ਐਸਆਈ ਮਾਰਕ ਹੁੰਦਾ ਉਸ ਤਰੀਕੇ ਦਾ ਗੁੱਛਾਂ ਮੋਲੋਗਾ ਤੋਂ ਵੀ ਅਪਰੂਵ ਹੋਣੀ ਚਾਹੀਦੀ ਆ ਇਲ ਨੁਮਰੋ ਇੰਬਾਸੋ ਇੰਦੀਕਾ ਸੁਲਪਾਨੈਲੋ ਇਨ ਫਿਗੂਰਾ ਸੇਨੈਲਾ ਇਲਤੀ ਪੋਦੀ ਮੇਰਚੇ ਪੇਰੀਕੋਲੋਜ਼ਾ ਟ੍ਰਾਂਸਪੋਰਟਾਤਾ ਇਲ ਨੁਮਰੋ ਇੰਬਾਸੋ ਐ ਵਾਲਾ ਬਾਰਾਨਸੋ 10 ਇੰਡੀਕੇਟ ਕਰਦੀ ਆ ਜਿਹੜੀ ਫੋਟੋ ਆਪਾਂ ਦਿਖਾਈ ਗਈ ਆ ਸੇਨੈਲਾ ਇਲਤੀ ਪੋ ਦੀ ਮੇਰਚੇ ਪੇਰੀਕੋਲੋਜ਼ਾ ਵੀ ਜਿਹੜਾ ਸਮਾਨ ਆਪਾਂ ਟ੍ਰਾਂਸਪੋਰਟ ਕਰਨੇ ਵੇ ਜਿਹੜਾ ਖਤਰਨਾਕ ਸਮਾਨ ਟ੍ਰਾਂਸਪੋਰਟ ਕੀਤਾ ਜਾ ਰਿਹਾ ਹੈ O dei vari ja da stia, sman transport kittajan vari da stia, ti chiedi che è Katarnak di categoria da Katarnak smane, ti chiedi solo, vero? Allora, il numero in alto indica sul pannello, in figura, segnala il tipo di pericolo connesso alla merce pericolosa trasportata. Un'uttevalidica le carta per il numero in alto, tetti in un brasile. ਉਹ ਕਹਿੰਦਾ ਉਹ ਦੱਸਦਾ ਹੈ ਕਿ ਵੀ ਜਿਹੜਾ ਖਤਰਾ ਹੋ ਸਕਦਾ ਜਿਹੜੇ ਖਤਰੇ ਜੁੜੇ ਨੇ ਇਸ ਜਿਹੜਾ ਸਮਾਨ ਟਰਾਂਸਪੋਰਟ ਕੀਤਾ ਜਾਂਦਾ ਉਹਨਾਂ ਕਿਹ ਕਿਹ ਖਤਰੇ ਹੋ ਸਕਦੇ ਨੇ ਉਹਨਾਂ ਬਾਰੇ ਦੱਸਦਾ ਹੈ ਠੀਕ ਹੈ ਜੀ ਸੋ ਵੀ ਵੀਅਰ ਹੋ ਕਿਉਂਕਿ ਉੱਤੇ ਵਾਲਾ ਨਿਸ਼ਾਨ ਆਪ ਨੂੰ ਇਹਦੇ ਬਾਰੇ ਹੀ ਦੱਸਦਾ ਹੈ ਅਗਲਾ ਦੇਵੇ ਐਸਰੇ ਰੈਟਰੋ ਰੀਫਲੈਂਟੇ ਇਨਾਂ ਤੇ ਜਦੋਂ ਲਾਈਟ ਪਵੇ ਐ ਚਮਕਣੇ ਚਾਹੀਦੇ ਨੇ ਠੀਕ ਹੈ ਜੀ ਸੋ ਵੀ ਵੀਅਰ ਹੋ ਗਿਆ ਚਮਕਦਾਰ ਹੋਣੇ ਚਾਹੀਦੇ ਨੇ ਇਹ ਵਹੀ ਕਿ ਕਿ ਟਰਾਂਸਪੋਰਟ ਨੋ ਮਿਰਚੀ ਪੈਰੀਕਲੋਜ਼ੇ ਕੁਲ ਹੋਰਾ ਟਰਾਂਸਪੋਰਟਿਨੋ ਪਿਉ ਮਾਟੇਰੀਏ ਪੈਰੀਕਲੋਜ਼ੇ ਇਨ ਕੋਂਪਾਰਟਮੈਂਤੀ

ਇਨ ਕੰਪਾਰਟਮੈਂਤੀ ਦਸਤਿੰਤੀ ਨਾ ਉਸੇ ਚੈਸਟਰਨ ਮਤਲਬ ਕਿ ਇੱਕੋ ਡੱਬੇ ਦੇ ਵਿੱਚ ਜਿਹੜਾ ਚਸਤਿਆਰ ਨਾ ਹੁੰਦਾ ਇੱਕੋ ਚੈਸਤਿਆਰ ਨਾਵੇਂ ਜਦੋਂ ਵੱਧ ਉਹਨਾਂ ਦੇ ਅਲੱਗ-ਅਲੱਗ ਖਾਨਿਆਂ ਵਿੱਚ ਸਮਾਨ ਟਰਾਂਸਪੋਰਟ ਕੀਤਾ ਜਾਂਦਾ ਦਿਵਨਾਵੇ ਰੈਲ ਲਾਟਰਲਮੈਂਟੇ ਉਹਨਾਂ ਦੇ ਸਾਈਡਾਂ ਵਿੱਚ ਲਈ ਅਪੋਜ਼ਿਟਿਵ ਪੈਨੇਲੀ ਯਰੋਂ ਚੋਨੀ ਉਹਨਾਂ ਦੇ ਸਾਈਡਾਂ ਵਿੱਚ ਇਹ ਵਾਲੀ ਪੈਨੇਲੋ ਹੋਣੀ ਚਾਹੀਦੀ ਆ ਜਿਹੜੀ ਚਮਕਦਾਰ ਹੋਏਗੀ ਜਿਹੜੀ ਇੰਡੀਕੇਟ ਕਰਦੀ ਹੋਏਗੀ ਠੀਕ ਹੈ ਜੀ ਹਰ ਇੱਕ ਲੈ ਸਿੰਗੁਲੇ ਮਾਟੇਰੀ ਟਰਾਂਸਪੋਰਟਾਤੇ ਹਰ ਇੱਕ ਸਮਾਨ ਨੂੰ ਜਦੋਂ ਟਰਾਂਸਪੋਰਟ ਕਰਨੇ ਪਿਆ ਜਿਹਨੇ ਵੀ ਸਮਾਨ ਟਰਾਂਸਪੋਰਟ ਆਪਾਂ ਕਰਨੇ ਜਿਵੇਂ ਕਿ ਫੋਟੋ ਵਿੱਚ ਦਿਖਾਇਆ ਗਿਆ ਐਗਜ਼ੈਂਪਲ ਜਿਵੇਂ ਫੋਟੋ ਦਿਖਾਇਆ ਗਿਆ ਠੀਕ ਹੈ ਜੀ ਸੁਆਵੀ ਬੇਰੋ ਕੋਲੋਕਾਟੋ ਪੋਸਟੀਰੀਓਰਮੈਂਟੇ ਲੀ ਓਟੋਵਿਕੋਲੀ ਅਵੈਂਟੀ ਲੁੰਗੈਜ਼ਾ ਉਗੁਆਲੇ ਓ ਸੁਪੇਰੀਓਰੇ ਅ 7 ਮੀਟਰ ਕਹਿੰਦਾ ਜਿਹੜਾ ਐਵਲਾ ਨਿਸ਼ਾਨ ਹੈ ਵਾਲਾ ਪੈਨੇਲੋ ਜਿਹੜੀ ਹੈ ਲੱਗੀ ਹੁੰਦੀ ਹੈ ਪਿਛਲੇ ਪਾਸੇ ਗੱਡੀਆਂ ਦੇ ਜਿਹੜੀ ਰੱਖਦੀਆਂ ਨੇ ਇੱਕ ਲੁੰਗੈਜ਼ਾ ਇੱਕ ਇੱਕ ਲੰਬਾਈ ਜਿਹੜੀ ਬਰਾਬਰ ਹੈ ਆ ਜ਼ਿਆਦਾ ਹੈ 7 ਮੀਟਰ ਤੋਂ ਫਾਲਸੋ ਐਸਾ ਕੁਝ ਵੀ ਨਹੀਂ ਹੈਗਾ ਲੰਬਾਈ ਨਾਲ ਦਾ ਕੋਈ ਵੀ ਲੈਣ ਦਾ ਨਾ ਨਹੀਂ ਹੈਗਾ ਗੱਡੀ ਦੀ ਸੋ ਐ ਫਾਲਸੋ ਸੇਮ ਹੋਈ ਆ ਬਸ ਇੱਥੇ ਲਿਖਤਾ ਪਰਸੇਨਿਆਲਾਰੇ ਕਾਰਿਕੀ ਸਪੋਰਜੈਂਟੀ ਪੈਰੀਕੋਲੋਜੀ ਜੇਕਰ ਕੋਈ ਖਤਰਨਾਕ ਸਮਾਨ ਆਉਟੋ ਆਰਟੀਕੋਲਾਟੋ ਵਿੱਚ ਫੈਲਿਆ ਹੋਵੇ ਪਿਛਲੇ ਪਾਸੇ ਨੂੰ ਤਾਂ ਕਹਿੰਦਾ ਇਹ ਵਾਲਾ ਨਿਸ਼ਾਨ ਲੱਗਦਾ ਕਾਰਿਕੀ ਸਪੋਰਜੈਂਟੀ ਫੈਲਿਆ ਹੋਇਆ ਸਮਾਨ ਖਤਰਨਾਕ ਫੈਲਿਆ ਹੋਇਆ ਸਮਾਨ ਸੋ ਫਾਲਸੋ ਐਸਾ ਵੀ ਕੁਝ ਨਹੀਂ ਹੈ ਖਤਰਨਾਕ ਸਮਾਨ ਨੂੰ ਦੱਸਦਾ ਨਾ ਕਿ ਫੈਲੇ ਹੋਏ ਸਮਾਨ ਬਾਰੇ ਦੱਸਦਾ ਅਗਲਾ ਵੀ ਸੇਮ ਅਗਲਾ ਬਸ ਇਹਨੇ ਲਿਖਤਾ ਉਹ ਤੋਂ ਤ੍ਰੇਣੀ ਦੇ ਮਾਸਾ ਕੰਪਲੈਸੀਵਾ ਆਪੀਨੋ ਕਾਰਿਕੋ ਸੁਪੀਰੀਓਰ ਆ 33 ਤੋਂ ਨਿੰਨ ਲਾਤੇ ਕਹਿੰਦਾ ਜਿਹੜਾ ਐਵਾਂ ਨਿਸ਼ਾਨ ਇਹ ਲੱਗਾ ਹੁੰਦਾ ਪਿਛਲੇ ਪਾਸੇ ਆਉਤੋ ਤਰੇਨੀ ਦੇ ਜਿੰਨੇ ਦਾ ਵਜ਼ਨ ਕੰਪਲੈਕਸਿਵਾ ਟੋਟਲ ਵਜ਼ਨ ਜਿੰਨਾ ਦਾ ਜ਼ਿਆਦਾ ਹੈ 33 ਟਨ ਤੋਂ ਫਾਲਸੋ ਵਜ਼ਨ ਦਾ ਕੋਈ ਵੀ ਲੈਣ ਦੇਣਾ ਇੱਥੇ ਨਹੀਂ ਹੈਗਾ ਇਲ ਪਨੈਲੋ ਇਨ ਫਿਗੂਰਾ ਸੇਨ ਲਾਲੀਓ ਤੋਂ ਵਹੀਕੁਲੀ ਅਦੇਬੀਦੀ ਐ ਟ੍ਰਾਂਸਪੋਰਟੀ ਏ ਟਪੀ ਟ੍ਰਾਂਸਪੋਰਟੀ ਦੀ ਮੇਰਚੀ ਲਾ ਟੈਂਪਰੇਟੂਰਾ ਕੰਟਰੋਲਾਤਾ ਕਹਿੰਦਾ ਉਹਨਾਂ ਗੱਡੀਆਂ ਪਿੱਛੇ ਲੱਗੀ ਹੁੰਦੀ ਏ ਜਿਹੜੀ ਗੱਡੀਆਂ ਟ੍ਰਾਂਸਪੋਰਟ ਕਰਦੀਆਂ ਨੇ ਏ ਟਪੀ ਏ ਟਪੀ ਵਾਲਾ ਸਮਾਨ ਦੇ ਬ੍ਰੈਕਟਾਂ ਵਿੱਚ ਦੱਸਿਆ ਹੋਇਆ ਇੱਥੇ ਕੀ ਆ ਜਿਹੜੀ ਸਮਾਨ ਨੂੰ ਟ੍ਰਾਂ ਮਤਲਬ ਕਿ ਇੱਕ ਫਿਕਸ ਉਹਨਾਂ ਦਾ ਟੈਂਪਰੇਚਰ ਹੁੰਦਾ ਇਸ ਟੈਂਪਰੇਚਰ ਤੋਂ ਨੀਚੇ ਗਿਆ ਤੇ ਖਰਾਬ ਹੋ ਜਾਏਗਾ ਉੱਤੇ ਗਿਆ ਤੇ ਖਰਾਬ ਹੋ ਜਾਏਗਾ ਐਸਾ ਸਮਾਨ ਨੂੰ ਟ੍ਰਾਂਸਪੋਰਟ ਕਰਦੀਆਂ ਬਈ ਉਹਨਾਂ ਪਿੱਛੇ ਲੱਗਾ ਹੁੰਦਾ ਹੈ ਏਟੀਪੀ ਟ੍ਰਾਂਸਪੋਰਟ ਕਰਨ ਵਾਲੀ ਗੱਡੀਆਂ ਦੇ ਪਿੱਛੇ ਹਾਲਸੋ ਐਸਾ ਕੁਝ ਵੀ ਨਹੀਂ ਹੈਗਾ ਅਗਲਾ ਸਵਾਲ ਇਕੋਲੋਕਾਤੋ ਪੋਸਟਰੀਓਰਮੈਂਤੇ ਲੀ ਓਟੋ ਵੇਇਕੋਲੀ ਐਡੀਬੀਟੀ ਆ ਟ੍ਰਾਂਸਪੋਰਟੀ ਐਟੇਜ਼ੀਓਨਾਲੀ ਮਾਨੂਫਾਤੀ ਦੀ ਕਾਲਚੇ ਸਟਰੂਜ਼ੋ ਕਹਿੰਦਾ ਪਿਛਲੇ ਪਾਸੇ ਲੱਗੀ ਹੁੰਦੀ ਗੱਡੀ ਦੇ ਟ੍ਰਾਂਸਪੋਰਟ ਕਰਦੀ ਇਹ ਚਿੱਥੇ ਨਾਲੀ ਚਿੱਥੇ ਨਾਲੀ ਹੁੰਦੀ ਵੀ ਕੋਈ ਵੱਡਾ ਸਮਾਨ ਟ੍ਰਾਂ di manufatti di calcestruzzo mentre che si concreta il manutransporto che tagliando è falso una del tenni l'acqua honda sera 4 max ma anche se l'acqua honda i veicoli che trasportano merci pericolose qualora trasportino più materie pericolose in compartimenti distinti di una stessa cisterna devono avere posteriormente più pannelli arancioni retroriflententi indicati ciascuno le singole materie trasportate ਇਹ ਉੱਤੇ ਸਵਾਲ ਆਪਾਂ ਪੜ੍ਹ ਕੇ ਠੀਕ ਸੀ ਸਾਰਾ ਸਹੀ ਆ ਪਰ ਇੱਥੇ ਨਹੀਂ ਕਿ ਲਿਖਤਾ ਅਵੇਰੇ ਪੋਸਟਰੀਅਰ ਮੈਂਟੇ ਦੇ ਪਿਛਲੇ ਪਾਸੇ ਹੋਣਾ ਚਾਹੀਦਾ ਨਹੀਂ ਇਹ ਹੋਣਾ ਚਾਹੀਦਾ ਸਾਈਡ ਤੇ ਜਿਸ ਜਿੱਥੇ ਸਮਾਨ ਹੈ ਉੱਥੇ ਉੱਥੇ ਹੋਣਾ ਚਾਹੀਦਾ ਤੇ ਉਹਨਾਂ ਅਵੇਰੇ ਲੱਤ ਰਿਲ ਮੈਂਟੇ ਸਾਈਡਾਂ 'ਚ ਹੋਣਾ ਚਾਹੀਦਾ ਇੱਥੇ ਲਿਖਤਾ ਪੋਸਟਰੀਅਰ ਮੈਂਟੇ ਸਵੈ ਹੋ ਗਿਆ ਫਾਲਸੋ ਲਿਓ ਤੋ ਵੀਕੋਲੀ ਅਦੀਵਿਤੀ ਅਲਟ੍ਰਾਂਸਪੋਰਟੋ ਦੀ ਮੈਡੀਚਿਨਾਲੀ ਸੋ ਕਹਿੰਦਾ ਵੀ ਇਹਵਾਂ ਨਿਸ਼ਾਨ ਲੱਗਾ ਹੋਣਾ ਚਾਹੀਦਾ ਗੱਡੀਆਂ ਦੇ ਪਿੱਛੇ ਜਿਹੜੀ ਮੈਡੀਸਿਨ ਵਗੈਰਾ ਟਰਾਂਸਪੋਰਟ ਕਰਦੀਆਂ ਪਈਆਂ ਨੇ ਮੈਡੀਸਿਨਾਂ ਵਾਲੀ ਜਿਹੜੀ ਮੈਡੀਕਲ ਦਾ ਸਮਾਨ ਟਰਾਂਸਪੋਰਟ ਕਰਦੀਆਂ ਨੇ ਫਾਲਸੋ ਐਸਾ ਕੁਝ ਵੀ ਨਹੀਂ ਹੈਗਾ ਸਿਰਫ ਇਹਨਾਂ ਤੇ ਆ ਰੱਖਣ ਦੀ ਲੋੜ ਆਪਾਂ ਨੂੰ ਕਿ ਜੜਾ ਵਾਲਾ ਨਿਸ਼ਾਨ ਹੈ ਸਿਰਫ ਖਤਰਨਾਕ ਸਮਾਨ ਨੂੰ ਦੱਸਦਾ ਵੀ ਕੋਈ ਖਤਰਨਾਕ ਸਮਾਨ ਟਰਾਂਸਪੋਰਟ ਕੀਤਾ ਜਾਂਦਾ ਜਿਹਨੂੰ ਛੇਤੀ ਅਗ ਲੱਗ ਸਕਦੀ ਆ ਛੇਤੀ ਕੁਝ ਵੀ ਮਤਲਬ ਖਤਰਨਾਕ ਹੈ ਆਪਣੇ ਜੀਵਨ ਲਈ ਆਪਣੀ ਜ਼ਿੰਦਗੀ ਲਈ ਸੋ 102 ਕੰਪਲੀਟ ਹੋ ਚੁੱਕਿਆ ਗੱਦਿਆਂ ਅਗਲੇ ਤੇ 103 ਇੱਥੇ ਵੀ ਸੇਮ ਹੋਈ ਆ ਬਸ ਤੋਂ ਕੁ ਸਵ ਇਹ ਵਾਹਨਾਂ ਦੇ ਟ੍ਰਾਂਸਪੋਰਟ ਨੂੰ ਮੇਰਚੀ ਪੈਰੀਕਲੋਜ਼ੇ ਦੇ ਦੇਵਨੋ ਐਸਰੇਮੁਨੀਤੀ ਦੀ ਦੂਏ ਪੈਨੈਲੀ ਅਰਾਂਜੋਨੀ ਰੈਟਰੋ ਰਿਫਲੈਂਟੇਂਤੀ ਫਿਸਾਤੇ ਦਵਾਂਤ ਡਿਏਟਰੋ ਅਲ ਵੇਈਕੋਲੋ ਅਦੈਜ਼ੀਮਪਿਓ ਦਲ ਟਾਈਪੋ ਇੰਡਿਕਾਟੋ ਇਨ ਫਿਗੂਰਾ ਕਹਿੰਦਾ ਗੱਡੀਆਂ ਜਿਹੜੀ ਟ੍ਰਾਂਸਪੋਰਟ ਕਰਦੀਆਂ ਪੈ ਨੇ ਖਤਰਨਾਕ ਸਮਾਨ ਨੂੰ ਦੇਵਨੋ ਐਸਰੇਮੁਨੀਤੀ ਦੀ ਦੂਏ ਪੈਨੈਲੀ ਉਹਨਾਂ ਦੇ ਦੋ ਪੈਨਲੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ ਅਰਾਂਚੋਨੇ ਰੰਗ ਦੀ ਸੰਤਰੀ ਰੰਗ ਦੀ ਰੈਟਰੋ ਰਿਫਲੈਂਟੇਂਤੀ ਮਤਲਬ ਕਿ ਚਮਕਦਾਰ ਹੋਣ ਫਿਸਾਤੀ ਫਿਕਸ ਕੀਤੀਆਂ ਹੋਣੀਆਂ ਚਾਹੀਦੀਆਂ ਨੇ ਮਤਲਬ ਕਿ ਇਹ ਵਾਲਾ ਨਿਸ਼ਾਨ ਅੱਗੇ ਵੀ ਲੱਗੇਗਾ ਤੇ ਪਿੱਛੇ ਵੀ ਲੱਗੇਗਾ ਟੋਟਲ ਹੋ ਗਿਆ 2 ਸਵੈ ਬੇਰੋ ਦੇ ਵਿਅਸਰਾ ਫਿਸਾ ਤੋਂ ਦਵਾਂਤੀ ਐ ਡਿਏਟਰੋ ਐ ਵੇਇਕੋਲੀ ਦੀ ਮਾਸਾ ਕੰਪਲੇਸਿਵਾ ਆ ਪੀਨੋ ਕਾਰੀਕੋ ਸੁਪਰੀਓਰਾ 7.3 ਪੇਟੋਨੇ ਲਾਤੇ ਕਿ ਟ੍ਰਾਂਸਪੋਰਟਰ ਮਰਚੀ ਦੀ ਟਿਪੋ ਅਲੀਮੈਂਟਾਰੇ ਐ ਨ ਇੰਡਿਕਾਂ ਰਿਸਪੈਕਟਿਵਾਮੈਂਤੇ ਇਲ ਕੋਡਿਚੇ ਪ੍ਰੋਡੋਟੋ ਐ ਲਾ ਮਾਸਾ ਟ੍ਰਾਂਸਪੋਰਟਾਤਾ ਇਨ ਕਿਲੋਗ੍ਰਾਮੀ ਸੋ ਇੰਡਿਕ ਕਹਿੰਦਾ ਪਿਆ ਵੀ ਗੱਡੀ ਦੇ ਅਗਲੇ ਤੇ ਪਿਛਲੇ ਪਾਸੇ ਜਿਹੜਾ ਨਿਸ਼ਾਨ ਲੱਗਾ ਹੋਣਾ ਚਾਹੀਦਾ ਇੱਥੇ ਤੱਕ ਬੇਰ ਅਸੀਂ ਅੱਗੇ ਕਹਿੰਦਾ ਜਿਨ੍ਹਾਂ ਦਾ ਵ ਕੀ ਟ੍ਰਾਂਸਪੋਰਟ ਨੂੰ ਮਰਚੀ ਦਿੱਤੀ ਪੋਲੀਮੈਂਟਾਰੇ ਜਿਹੜਾ ਖਾਣ-ਪੀਣ ਦਾ ਸਮਾਨ ਟ੍ਰਾਂਸਪੋਰਟ ਕਰਦੀਆਂ ਨੇ ਉਹਨਾਂ ਲਈ ਇੱਥੇ ਆ ਕੇ ਫਾਲਸੋ ਹੋ ਗਿਆ ਅੱਗੇ ਕਹਿੰਦਾ ਨੇ ਇੰਦੀ ਕਾਰਿਸਪੇਤੀਵਾਮੈਂਤੇ ਵੀ ਉਹਦੇ ਨਾਲ ਉਹਦਾ ਕੋਦੀਚੇ ਪਰਦੋਤੋ ਲੱਗਾ ਹੋਣਾ ਚਾਹੀਦਾ ਠੀਕ ਹੈ ਕੋਦੀਚੇ ਪਰਦੋਤੋ ਲੱਗਾ ਹੋਏਗਾ ਤੇ ਉਹਦੇ ਨਾਲ ਕਹਿੰਦਾ ਜਿਹੜਾ ਉਹਦਾ ਵਜ਼ਨ ਹੈ ਉਹ ਲਿਖਣਾ ਪੈਣਾ ਕਿਲੋਗ੍ਰਾਮ ਵਿੱਚ ਇਸ ਸਿਨਿਆਲੇ ਤੇ ਫਾਲਸੋ ਖਾਣ-ਪੀਣ ਵਾਲੇ ਸਮਾਨ ਵਾਰੀ ਨਹੀਂ ਹੈਗਾ ਸਿਰਫ ਖਤਰਨਾਕ ਸਮਾਨ ਵਾਰਿਆ 104 ਨੰਬਰ ਪੇਜ ਪਾਨੇਲੀ ਪਰਵੇਈ ਕੋਲੀ ਅਦੀ ਬੀਤੀ ਅਲ ਟ੍ਰਾਂਸਪੋਰਟੋ ਦੀ ਕੋਸੇ ਪਾ ਪਹਿਲਾ Da ecco orpaga, so I veicoli eccezionali che eccedono in lunghezza i limiti di sagoma devono essere segnalati con due pannelli rettangolari retroriflettenti a fondo giallo fissato anteriormente e posteriormente al veicolo recanti la scritta in nero trasporto eccezionale. ਸੋ ਜੀ ਅਸਵਾਲ ਚ ਕਹਿੰਦਾ ਪਿਆ ਇਹ ਗੱਡੀਆਂ ਜਿਹੜੀ ਐਚ ਐਸ ਯੂ ਨਾਲੀ ਨੇ ਮਤਲਬ ਵੱਡਾ ਵੱਡੀ ਗੱਡੀਆਂ ਨੇ ਵੱਡੇ ਟਰੱਕ ਨੇ ਜਿਹੜੇ ਟਰਾਂਸਪੋਰਟ ਕਰਦੇ ਆ ਤੁਸੀਂ ਦੇਖਿਆ ਹੁਣ ਰਾਤ ਦੇ ਟਾਈਮ ਤੇ ਗੱਡੀਆਂ ਨਿਕਲਦੀਆਂ ਨੇ ਜਿਹੜੀਆਂ ਜਿਹੜਾ ਕਾਫੀ ਵੱਡਾ ਸਮਾਨ ਹੁੰਦਾ ਜਿਹਨੂੰ ਆਮ ਗੱਡੀ ਉੱਤੇ ਆਮ ਟਰੱਕ ਉੱਤੇ ਨਹੀਂ ਲੈ ਕੇ ਜਾ ਸਕਦਾ ਉਹਦੇ ਵੱਡੀ ਐ ਸਪੈਸ਼ਲ ਗੱਡੀ ਬਣੀ ਹੁੰਦੀ ਹੈ ਸੋ ਕਹਿੰਦਾ ਉਹਨਾਂ ਜਦੋਂ ਕੋਈ ਗੱਡੀ ਇਦਾਂ ਦੀ ਲੈ ਸਮਾਨ ਲੈ ਕੇ ਜਾ ਰਹੀ ਹੈ ਕਿ ਇਹ ਚੇਤਨ ਉਹ ਚੇਤਨ ਹੁੰਦਾ ਹੈ ਵੀ ਜ਼ਿਆਦਾ ਹੋ ਗਿਆ ਲੰਬਾਈ ਵਿੱਚ ਇਲਿਮਿਟੀ ਦੀ ਸਾਗੁਮਾ ਜਿਹੜੇ ਸ਼ੇਪ ਹੁੰਦੀ ਗੱਡੀ ਦੀ ਉਹਦੇ ਤੋਂ ਜ਼ਿਆਦਾ ਮਤਲਬ ਕਿ ਲੰਬਾਈ ਗੱਡੀ ਦੀ ਵੱਧ ਗਈ ਹੈ ਕਿਉਂਕਿ ਸਮਾਨ ਇਥੇ ਜਿਹੜਾ ਵੱਡਾ ਟਰਾਂਸਪੋਰਟ ਕੀਤਾ ਜਾਂਦਾ। ਦੇਵਨੋ ਐਸਲੇ ਸੇਨੇ ਲਾਤੀ ਕੋਨ ਦੂਵੇ ਪਨੇਲੀ ਰੈਟਾਂਗੋਲਾਰੀ। ਕਹਿੰਦਾ ਦੋ ਪਨੇਲੀ ਹੋਣੀ ਚਾਹੀਦੀਆਂ ਜਿਹੜੀ ਰੈਟਾਂਗੋਲਾਰੀ ਹੋਣ। ਜਿਹੜੀ جگਦੀਆਂ ਹਨ ਰੋਸ਼ਨੀ ਪੈਣ ਤੇ ਆਫੋਂ ਤੋਂ ਚਾਲੋ ਪੀਲੇ ਰੰਗ ਦੀ ਉਹਨਾਂ ਦੀ ਬੈਕਗ੍ਰਾਉਂਡ ਹੋਣੀ ਚਾਹੀਦੀ ਆ। ਫਿਸਾਤੀ ਅੰਤਰੀਓਰੇ ਪੋਸਟਰੀਓਰਮੈਂਤੇ ਮਤਲਬ ਕਿ ਅਗਲੇ ਹਿੱਸੇ ਤੇ ਪਿਛਲੇ ਹਿੱਸੇ ਦੋਨਾਂ ਤੇ ਲੱਗੀ ਹੋਣੀ ਚਾਹੀਦੀ ਗੱਡੀ ਦੇ। ਰਿਕਾਂਤੀ ਲਾਸਕ੍ਰੀਤਾ ਇਨੇਰੋ ਟਰਾਂਸਪੋਰਟੋ ਐਚੈਕਸਿਓਨਾਰੇ। ਤੇ ਕਾਲੇ ਰ ਸੋ ਜਿ ਕੋਛ ਇਸ ਤਰੀਕੇ ਦੀ ਹੋਏਗੀ ਵੇਖੋ ਟਰੱਕ ਦੇ ਅਗਲੇ ਹਿੱਸੇ ਤੇ ਲਿਖਿਆ ਹੈ ਟ੍ਰਾਂਸਪੋਰਟ ਤੋਂ ਚੇਤਸਿਆ ਨਾਲੇ ਸੋ ਇਹ ਅੱਗੇ ਵੀ ਲੱਗੇਗਾ ਤੇ ਪਿੱਛੇ ਵੀ ਲੱਗੇਗਾ ਗੱਡੀ ਦੇ ਪਿੱਛੇ ਹਿੱਸੇ 'ਚ ਤੇ ਵੇਖੋ ਜਿਹੜੇ ਅੱਖਰ ਨੇ ਉਹ ਕਾਲੇ ਰੰਗ ਦੇ ਨੇ ਤੇ ਬੈਕਗ੍ਰਾਉਂਡ ਪੀਲੇ ਰੰਗ ਦੇ ਆ ਠੀਕ ਹੈ ਜੀ ਕੁਛ ਇਸ ਤਰੀਕੇ ਦਾ ਹੋਏਗਾ ਜਿੰਦੇ ਲਿਖਿਆ ਹੋਏਗਾ ਟ੍ਰਾਂਸਪੋਰਟ ਤੋਂ ਚੇਤਸਿਆ ਨਾਲੇ ਤੇ ਇਹ ਵਾਲੀ ਪੈਨਲੋ ਆਪਾਂ ਲਾਣੀ ਪੈਣੀ ਹੈ ਅਗਲੇ ਤੇ ਪਿਛਲੇ ਹਿੱਸੇ 'ਚ ਸੋ ਬਿਓ ਸੋ ਇਹਦੇ ਨਾਲ ਨਾਲ ਆਪਾਂ ਨੇ ਇੱਕ ਹੋਰ ਗੱਲ ਦੱਸਤਾ ਪਿਆ ਉਹ ਵੀ ਆਪਾਂ ਪੜ ਲੈਂਦੇ ਆ ਸੋ ਇੱਥੇ ਤੱਕ ਵੀ ਸੇਮ ਆ ਸਾਰਾ ਉਹੀ ਕ ਉਹਨੋ ਪਰ ਲਾਟੋ ਮਤਲਬ ਕਿ ਸਾਈਡਾਂ ਵਿੱਚ ਇੱਕ ਹਰ ਇੱਕ ਸਾਈਡ ਵਿੱਚ ਇੱਕ ਕਿਸ ਉਸੀ ਤੁਸੀਂ ਜਿਹੜੇ ਬਦਲ ਦੇਣਗੇ ਇਕਾਤਾ ਦੀਓਤਰੀ ਲateralੀ ਕਾਤਾ ਦੀਓਤਰੀ ਕੀ ਹੁੰਦਾ ਇਹ ਲਾਈਟ ਨਹੀਂ ਹੁੰਦੀ ਪਰ ਛੋਟੇ ਛੋਟੇ ਜਿਹਾ ਤੁਸੀਂ ਪਤਿੰਦੇ ਵੀ ਕੀਤਾ ਹੋਣਾ ਤੁਹਾਨੂੰ ਪਤਾ ਹੋਣਾ ਤੁਹਾਨੂੰ ਵੀ ਯਾਦ ਹੋਣਾ ਵੀ ਜਿਹੜਾ ਤਾਂ ਲਾਈਟ ਪੈਂਦੀ ਉਹ ਚਮਕਦੇ ਨੇ ਇਹ ਹਰ ਇੱਕ ਗੱਡੀ ਵਿੱਚ ਲੱਗੇ ਹੁੰਦੇ ਨੇ ਲਾਈਟ ਪੈਂਦੇ ਚਮਕਦੇ ਨੇ ਉਦਾਂ ਦੇ ਹੁੰਦੇ ਨੇ ਕਾਤਾ ਦੀਓਤਰੀ ਲateralੀ ਮੈਂ ਪਤਿੰਦੇਬੀ ਵਾਲੀ ਵੀਡੀਓ ਚ ਦਿਖਾਇਆ ਵੀ ਸੀ ਕਿ ਕੀ ਹੁੰਦਾ ਸੋ ਐਵੇਰੋ ਬਦਦੇ ਆ ਅੱਗੇ ਦੇਵਨੋਸਰ ਸੇਨਲਾਤੀ ਕੋਨ ਦੂਵੇ ਪਨੈਲ ਰੈਟਾਂਗੋਲਾਰੀ ਰੈਟਰੋਲੀ ਫਲੈਂਟੈਂਟੀ आ स्ट्रीचे बियान्के ए रोसे पोस्टी एंट्रियोरमेंटे ए पोस्ट्रियोरमेंटे अल बिकोलो ते अगेने ब्रैक्टा विच लिखया बोर्डो ए एस एस्टेरनो कोई इंसिडेंटे कोन ला मासिमा लार्जेजा डेल वेइकलो सो जे असवाल च कंदा पया बी जेकर आपा कोई वड्डा सामान ट्रांसपोर्ट करने पे जिदी चौड़ाई जड़ी है ओ ज्यादा है गड्डी दी शेप तों ओथे कंदा दो रितंगोलारी जड़ी हुंदियां ने अपना चमकन वाली लाइट जड़ी चमकन वाले स्ट्रीचे हुंदे ने ओ लगाने पणे ने चिट्टे ते लाल रंग दे ਉਹੀ ਸੇਮ ਜਿਹੜਾ ਆਪਾਂ ਪਿਛਲੇ ਸਵਾਲ 'ਚ ਕੀਤਾ ਸੀ 100 ਨੰਬਰ ਪੇਜ ਤੇ ਉਦਾਂ ਦਾ ਹੀ ਆਪਾਂ ਲਗਾਉਣਾ ਪੈਣਾ ਅਗਲੇ ਵਾਲੇ ਹਿੱਸੇ ਤੇ ਤੇ ਪਿਛਲੇ ਵਾਲੇ ਹਿੱਸੇ ਤੇ ਗੱਡੀ ਦੇ ਜਿਹੜਾ ਬੋਰਦੋ ਜਿਹੜਾ ਕਿਨਾਰਾ ਜਿਹੜਾ ਬਾਹਰ ਨੂੰ ਨਿਕਲਿਆ ਹੋਇਆ ਹੈ ਜ਼ਿਆਦਾ ਠੀਕ ਹੈ ਜੀ ਗੱਡੀ ਦੀ ਚੌੜਾਈ ਵਿੱਚ ਉੱਥੇ ਆਪਾਂ ਲਗਾਉਣਾ ਹੈ ਠੀਕ ਹੈ ਜੀ ਸਵਾਇ ਵੀ ਵੇਰ ਉਹ ਬਦਦੇ ਅਗਲੇ ਤੇ ਸੋ ਜੇ ਅਗਲਾ ਸਵਾਲ e divieti di circolazione nei giorni festivi per i veicoli a diibiti al trasporto di merci di massa complessiva a pieno carico superiore a 7.5 tonnellate non si applica i veicoli moniti su ciascuno fiancata e sul retro di pannelli a sfondo verde con impresa in nero la lettera D so ji es val ch kehnda paya mana hi safar karan di nai journey fest di chutti wale dinan vich je agar koi gaddi safar kardi bhi hai jehdi transport karan layi bani hai je da vajan kul milaake 7 ton ton zyada hai ਨਾਨਸੀ ਅਪਲਾਈ ਗਈ ਵੇਈ ਖੋਲੀ ਉਹਨਾਂ ਗੱਡੀਆਂ ਤੇ ਅਪਲਾਈ ਨਹੀਂ ਹੁੰਦਾ ਜਿਨ੍ਹਾਂ ਤੇ ਲੱਗੇ ਹੁੰਦੇ ਨੇ ਸੂਚਾ ਸਕੂਨਾ ਫਿਅੰਕਾਟਾ ਮਤਲਬ ਕਿ ਸੈਡਾਂ ਵਿੱਚ ਹਰ ਇੱਕ ਸੈਡ ਵਿੱਚ ਤੇ ਪਿੱਛੇ ਪਨੈਲੀ ਆਸਪੋਂਦੋ ਵੇਰਦੇ ਮਤਲਬ ਕਿ ਹਰੇ ਰੰਗ ਦੀ ਇੱਕ ਪਨੈਲੋ ਲੱਗੀ ਹੁੰਦੀ ਏ ਤੇ ਉਹਦੇ ਤੇ ਡੀ ਲਿਖਿਆ ਹੁੰਦਾ ਕਾਲੇ ਅੱਖਰਾਂ ਵਿੱਚ ਕਿਸ ਤਰੀਕੇ ਦਾ ਤੁਹਾਂ ਦਿਖਾ ਦੇਣਾ ਐ ਵਾਲਾ ਨਿਸ਼ਾਨ ਹੋਏਗਾ ਜਿਹੜਾ ਗੱਡੀ ਦੇ ਪਿੱਛੇ ਲੱਗਾ ਹੋਏਗਾ ਜਿਸ ਦੇ ਨਾਲ ਆਪਾਂ ਨੂੰ ਜੇਕਰ ਗੱਡੀ ਛੁੱਟੀ ਵਾਲੇ ਦਿਨ ਵੀ ਟਰਾਂਸਪੋਰਟ ਕਰਦੀ ਵੀ ਛੁੱਟੀ ਵਾਲੇ ਦਿਨ ਵੀ ਸਫਰ ਕਰਦੀ ਵੀ ਤੁਹਾਨੂੰ ਤਾਂ ਮਨਾਹੀ ਨਹੀਂ ਹੋਏਗੀ ਕੁਝ ਇਸ ਤਰੀਕੇ ਨਾਲ ਟਰੱਕਾਂ ਤੇ ਲੱਗਾ ਹੋਏਗਾ ਠੀਕ ਹੈ ਜੀ ਦੇਖੋ ਟਰੱਕ ਇਹਦੇ ਸੈਡਵਿਚ ਲੱਗਾ ਹੋਇਆ ਹੈ ਡੀ ਮਤਲਬ ਕਿ ਇਹਨਾਂ ਨੂੰ ਇਜਾਜ਼ਤ ਹੈ ਛੁੱਟੀ ਵਾਲੇ ਦਿਨ ਹੁੰਦੇ ਨੇ ਜਦੋਂ ਜਰਨੀ ਫਿਸਟ ਵੀ ਹੁੰਦੇ ਨੇ ਉਸ ਦਿਨ ਵੀ ਟਰਾਂਸਪੋਰਟ ਕਰਨ ਦੀ ਠੀਕ ਹੈ ਜੀ ਮਨਾਹੀ ਨਹੀਂ ਹੁੰਦੀ ਇਹਨਾਂ ਨੂੰ ਸੋ ਬੀਰੋ ਸੋ ਅਗਲੇ ਸਵਾਲ 'ਚ ਵੀ ਸਾਰਾ ਸੇਮ ਆ ਬਸ ਉਹਨੇ ਇਹੀ ਕਹਿੰਦਾ ਪਿਆ ਕਿ ਉੱਥੇ ਲੈਟਰ ਏ ਲੱਗਾ ਹੋਏਗਾ ਜਿਹਦੀ ਅਥਾਰਟੀ ਮਿਲੀ ਹੋਏਗੀ ਜਿਹਦਾ ਅਧਿਕਾਰ ਮਿਲੇ ਹੋਏਗਾ ਕਿੱਥੋਂ ਪ੍ਰੇਫੇਟ ਤੋਂ ਵੱਲੋਂ ਠੀਕ ਹੈ ਜੀ ਸੋ ਇਹਨੂੰ ਕਹਿੰਦਾ ਇਜਾਜ਼ਤ ਹੈ ਕਿ ਉਹ ਆਪਣੀ ਗੱਡੀ ਨੂੰ ਚਲਾ ਸਕਦਾ ਏ ਲੈਟਰ ਲਿਖਿਆ ਹੋਏਗਾ ਡੀ ਜਿੱਥੇ ਲਿਖਿਆ ਉੱਥੇ ਏ ਲਿਖਿਆ ਤੇ ਇਹ ਵੀ ਤੁਹਾਨੂੰ ਦੱਸਦਾ ਕਿ ਇਹ ਉਹਨਾਂ ਗੱਡੀਆਂ ਉੱਤੇ ਲੱਗਾ ਹੁੰਦਾ ਜਿਹੜੀ ਗੱਡੀਆਂ ਐਸਾ ਸਮਾਨ ਟਰਾਂਸਪੋਰਟ ਕਰਦੀਆਂ ਨੇ ਜਿਹੜਾ ਛੇਤੀ ਖਰਾਬ ਹੋ ਸਕਦਾ ਸੋ ਜੀ ਵੱਧਿਆ ਅਗਲੇ ਸਵਾਲ ਤੇ ਸੋ ਅਗਲਾ ਸਵਾਲ ਕੀ ਕਹਿੰਦਾ ਇਲ ਪਨੈਲੋ ਅਸ ਫੋਂਡੋ ਵੇਰਦੇ ਕੋਨ ਲਿੰਪਰੇਜ਼ਾ ਇਨ ਨੇਰੋ ਲਾਸ ਲੇਟਰਾ ਆ ਪੋ ਐਸ ਰਿਪੋਸਟੋ ਸੂ ਵੇਹੀਕੋਲੀ ਦੀ ਮਾਸਾ ਕੰਪਲੇਸੀਵਾ ਆ ਪੀਨੋ ਕਾਰਿਕੋ ਸੁਪਰੀਓਰੇ ਆ 7.5 ਟੋਨਨ ਲਾਤੇ ਕਿ ਟਰਾਂਸਪੋਰਟਨ ਪ੍ਰੋਡੋਟੀ ਅਲੀਮੈਂਟਾਰੀ ਫਰੈਸਕੀ ਓ ਆਲਤਰੀ ਪ੍ਰੋਡੋਟੀ ਦੇ ਪੀਰੀਬੀਰੀ ਸੋ ਇਹ ਸਵਾਲ ਚ ਕਹਿੰਦਾ ਪਿਆ ਪਨੈਲੋ ਜੀ ਦਾ ਇਜੇ ਦੇ ਚਾਰੇ ਰੰਗ ਲੱਗਾ ਹੋਵੇ ਇਮਪਰੀਜ਼ਾ ਇਨ ਨੈਰੋ ਮਤਲਬ ਕਿ ਥੋੜਾ ਜਿਹਾ ਉਠਿਆ ਹੋਵੇ ਤੇ ਆ ਲੈਟਰ ਲਿਖਿਆ ਹੋਵੇ ਪੋ ਐਸਰੇ ਪੋਸਟੋ ਉਹ ਲੱਗਾ ਹੋ ਸਦਾ ਨਾਲ ਗੱਡੀਆਂ ਦੇ ਪਿੱਛੇ ਜਿਨ੍ਹਾਂ ਦਾ ਵਜ਼ਨ 7.5 ਟਨ ਤੋਂ ਜ਼ਿਆਦਾ ਜਿਹੜੇ ਟਰਾਂਸਪੋਰਟ ਕਰਦੀਆਂ ਪਿਆ ਨੇ ਐਸੇ ਪ੍ਰੋਡਕਟ ਜਿਹੜੇ ਅਲੀਮੈਂਟਰੀ ਜਿਹੜੇ ਖਾਣ ਪੀਣ ਵਾਲੇ ਨੇ ਜਿਹੜੇ ਫਰੈਸ਼ ਨੇ ਤੇ ਜਿਹੜੇ ਐਸੇ ਪ੍ਰੋਡਕਟ ਨੇ ਜਿਹੜੇ ਛੇਤੀ ਖਰਾਬ ਹੋ ਸਕਦੇ ਨੇ ਜਿਵੇਂ ਆਪਣੀ ਸਬਜ਼ੀਆਂ ਸਬਜ਼ੀਆਂ ਹੋ ਗਈਆਂ ਜੇਕਰ ਕੋਈ ਐਸਾ ਸਮਾਨ ਟਰਾਂਸਪੋਰਟ ਕੀਤਾ ਜਾਂਦਾ ਹੋਂਦੇ ਪਿੱਛੇ ਲੈਟਰ ਏ ਲਿਖਿਆ ਹੋਏਗਾ ਠੀਕ ਹੈ ਜੀ ਸਵਾਏਰੋ ਅਗਲਾ ਕਹਿੰ ਆਪ ਇਹਨਾਂ ਕਾਰੀ ਕੋ ਸੁਪਰੀਓਰੇ ਸੱਤਪੁੰਤ ਚਿੰਕੋ ਤੋਨੇ ਲਾਤੇ ਕੇ ਟ੍ਰਾਂਸਪੋਰਟ ਨੂੰ ਲਾਤੇ ਫਰੈਸ਼ ਕੋ ਮਤਲਬ ਕਿ ਕੋਈ ਫਰੈਸ਼ ਦੁੱਧ ਨੂੰ ਟ੍ਰਾਂਸਪੋਰਟ ਕਰਦਾ ਪਿਆ ਉਹਨਾਂ ਪਿੱਛੇ ਡੀ ਲੈਟਰ ਲਿਖਿਆ ਹੋਏਗਾ ਠੀਕ ਹੈ ਜੀ ਹਰੇ ਰੰਗ ਦੇ ਬੈਕਗ੍ਰਾਉਂਡ ਨਾਲ ਕਾਲੇ ਅੱਖਰਾਂ ਵਿੱਚ ਡੀ ਲਿਖਿਆ ਹੋਏਗਾ ਸੋ ਇਹ ਸਾਰੇ ਸਵਾਲਾਂ ਵਿੱਚ ਇੱਕ ਗੱਲ ਧਿਆਨ ਰੱਖਿਓ ਡੀ ਲੈਟਰ ਉਹਦੇ ਤੇ ਲੱਗਾ ਹੋਏਗਾ ਜਿਹਦੇ ਤੇ ਸਮਾਨ ਛੇਤੀ ਖਰਾਬ ਹੋ ਜਾਂਦਾ ਤੇ ਇਹ ਉਹਨਾਂ ਗੱਡੀਆਂ ਤੇ ਲੱਗਾ ਹੋਏਗਾ ਜਿਹੜਾ ਸਮਾਨ ਉਸ ਤੋਂ ਵੀ ਛੇਤੀ ਖਰਾਬ ਹੋ ਜਾਂਦਾ ਜਿਹੜਾ ਬਾਹਲੇ ਛੇਤੀ ਖਰਾਬ ਹੋ ਸਕਦਾ ਠੀਕ ਹੈ ਇਹ ਉਹਨਾਂ ਤੇ ਲੱਗੇਗਾ ਜਿਹੜੇ ਖਰਾਬ ਹੋ ਸਕਦੇ ਨੇ ਛੇਤੀ ਖਰਾਬ ਹੋ ਸਕਦੇ ਉਹਨਾਂ ਦਾ ਡੀ ਜਿਹੜਾ ਉਸ ਤੋਂ ਛੇਤੀ ਖਰਾਬ ਹੋ ਸਕਦਾ ਉਹਨਾਂ ਪਿੱਛੇ ਏ ਸੋਇ ਦੁੱਧ ਬਦਲਿਆ ਫਰੈਸ਼ ਦੁੱਧ ਬਦਲਿਆ ਸੋਇ ਵੇਰ ਹੋ ਗਿਆ ਅਗਲਾ ਕਹਿੰਦਾ ਸੋ ਜੀ ਅਗਲਾ ਸਵਾਲ ਵੀ ਸੇਮ ਆ ਬਸ ਇੱਥੇ ਲਿਖਤਾ ਕਿ ਟ੍ਰਾਂਸਪੋਰਟ ਨੂੰ ਜਰਨਾਲੀਏਰੀ ਕੁਆਟੋਦੀਆਨੀ ਐ ਪੀਰੀਓਡਿਚੀ ਸੋ ਇਹ ਸਵਾਲ ਤੇ ਕਹਿੰਦਾ ਵੀ ਜਿਹੜੀ ਗੱਡੀਆਂ ਦਾ ਵਜ਼ਨ 7.5 ਟਨ ਤੋਂ ਜ਼ਿਆਦਾ ਹੈ ਜਿਨ੍ਹਾਂ ਦੇ ਉੱਤੇ ਡੀ ਲੈਟਰ ਲੱਗਾ ਹੈ ਉਗੜੀਆਂ ਟਰਾਂਸਪੋਰਟ ਕਰਦੇ ਆ ਨੇ ਅਖਬਾਰਾਂ ਵਗੈਰਾ ਜਾਂ ਆਪਾਂ ਇਦਾਂ ਕਹਿ ਸਕਦੇ ਆਂ ਵੀ ਇੱਕ ਐਸਾ ਸਮਾਨ ਜਿਹੜਾ ਰੋਜ਼ ਦੇ ਰੋਜ਼ ਚਾਹੀਦਾ ਹੁੰਦਾ ਹੈ ਪਰਿਯੋਦੀਚੀ ਹੁੰਦਾ ਹੈ ਰੋਜ਼-ਰੋਜ਼ ਸੈਂਡਵਿਚ ਟਾਈਮ ਬਾਅਦ ਚਾਹੀਦਾ ਹੁੰਦਾ ਜਿਹੜਾ ਜਿਸ ਕਰਕੇ ਐਸ ਸਮਾਨ ਦੇ ਉੱਤੇ ਡੀ ਲੱਗਾ ਹੁੰਦਾ ਤੇ ਇਹਨਾਂ ਦੇ ਟਰਾਂਸਪੋਰਟ ਉੱਤੇ ਕੋਈ ਰੋਕ ਨਹੀਂ ਹੁੰਦੀ ਜੇਕਰ ਕੋਈ ਛੁੱਟੀ ਵਾਲਾ ਦਿਨ ਵੀ ਹੋਵੇ ਠੀਕ ਹੈ ਜੀ ਸਾਡੇ 7 ਟਨ ਤੋਂ ਜ਼ਿਆਦਾ ਇਹਨਾਂ ਦਾ ਵਜ਼ਨ ਹੁੰਦਾ ਸੋ ਅਬੇਰੋ ਅਗਲਾ ਵੀ ਡੀ ਲੈਟਰ ਲੱਗਾ ਹੋਇਆ ਸੇਮ ਵਜ਼ਨ ਸੋਈ ਸੇਮ ਆ ਸਾਡੇ 7 ਟਨ ਤੋਂ ਜ਼ਿਆਦਾ ਤੇ ਕੀ ਟਰਾਂਸਪੋਰਟ ਕਰਦੇ ਪਏ ਨੇ ਉਜ਼ੋ ਮੈਡੀਕ ਜਿੱਥੇ ਆਰ ਲੈਟਰ ਲੱਗਾ ਹੋਏਗਾ ਉਹ ਕਹਿੰਦਾ ਪਿਆ ਪਿਛਲੇ ਪਾਸੇ ਲੱਗਾ ਹੁੰਦਾ ਗੱਡੀ ਦੇ ਤੇ ਉਹ ਟਰਾਂਸਪੋਰਟ ਕਰਦੇ ਨੇ ਰਿਫਿਊ ਥੀ ਫੈਰੀਕਲੋਜ਼ੀ ਜਿਹੜਾ ਖਤਰਨਾਕ ਜਿਹਨੂੰ ਕਹੀਏ ਵੇਸਟ ਹੋਏਗਾ ਉਹਨੂੰ ਟਰਾਂਸਪੋਰਟ ਕਰਦੇ ਨੇ ਠੀਕ ਹੈ ਜੀ ਸੋ ਆ ਵੀ ਵੇਰੋ ਅਗਲਾ ਇਹ ਵੇਹੀਕਲੀ ਅਚੇਤਸਿਓਨਾਲੀ ਕੇ ਇਚੇ ਦਨੋ ਇਨ ਲਾਰਗੇਟਸਾ ਇਲਿਮਿਟੀ ਦੀ ਸਾਗੋ ਮਾਦੇ ਬਨੋ ਐ ਸਰੇ ਸੇਨੇ ਲਾਤੀ ਕੋਨ ਦੂਏ ਪਨੈਲੀ ਕੁਆਦਰਾਤੀ ਰੈਟਰੋ ਰਿਫਲੈਂਟੈਂਟੀ ਆ ਫੋਂਡੋ ਜਾਲੋ ਫਿਸਾਤੋ ਸੂ ਐਂਟਰਾਂਬੇ le fiancate del veicolo recanti la scritta in nero trasporto eccezionale ਸੋ ਇੱਥੇ ਦੱਸਦਾ ਪਿਆ ਕਿ ਵੀ ਕਿੰਨੇ ਦੇ ਟ੍ਰਾਂਸਪੋਰਟ ਤੋਂ ਚਿੱਥੇ ਨਾਲੇ ਲੱਗੇਗਾ ਤੇ ਕਿੱਥੇ ਕਰਕੇ ਲੱਗੇਗਾ ਇੱਥੇ ਦੱਸਦਾ ਪਿਆ ਕਿ ਵੀ ਉਹ ਚਕਰਾਤੀ ਹੋਏਗਾ ਚੋਕੂ ਨਾ ਹੋਏਗਾ ਚਾਰੋਂ ਸਾਈਡਾਂ ਤੋਂ ਇੱਕ ਬਰਾਬਰ ਤੇ ਉੱਤੇ ਵਾਲੇ ਸਵਾਲਾਂ 'ਚ ਆਪਾਂ ਨੂੰ ਕੀ ਦੱਸਿਆ ਗਿਆ ਉਹ ਰਤੰਗੋਲਾਰੇ ਹੋਏਗਾ ਰਤੰਗੋਲਾਰੇ ਹੁੰਦਾ ਦੋ ਸਾਈਡਾਂ ਇੱਕ ਬਰਾਬਰ ਤੇ ਦੋ ਸਾਈਡਾਂ ਇੱਕ ਇੱਕ ਬਰਾਬਰ ਸੋ ਤੁਹਾਨੂੰ ਇੱਕ ਵਾਰ ਫੋਟੋ ਜੀ ਦਿਖਾ ਦੇਣਾ ਕਿਸ ਤਰੀਕੇ ਦਾ ਹੋਏਗਾ ਠੀਕ ਹੈ ਜੀ ਕੁਛ ਇਸ ਤਰੀਕੇ ਦਾ ਹੋਏਗਾ ਆਪਣਾ ਟ੍ਰਾਂਸਪੋਰਟ ਤੋਂ ਚਿੱਥੇ ਨਾਲੇ 150 ਮਿਲੀਮੀਟਰ ਤੇ 600 ਮਿਲੀਮੀਟਰ ਠੀਕ ਹੈ ਜੀ ਇਹਨਾਂ ਦੀ ਦੋ ਸਾਈਡ ਇੱਕ ਬਰਾਬਰ ਨੇ ਤੇ ਦੋ ਸਾਈਡ ਤੈਸਵਾਲ ਚ ਕੀ ਕਹਿੰਦਾ ਪਿਆ ਕਹਿੰਦਾ ਵੀ ਉਹ ਜਿਹੜਾ ਹੋਏਗਾ ਕੁਆਦਰਾਤੀ ਹੋਏਗਾ ਯਾਨੀ ਕਿ ਚਾਰੋਂ ਸਾਈਡਾਂ 101 ਕੋ ਬਰਾਬਰ ਹੋਣਗੀਆਂ ਤੇ ਅੱਗੇ ਕਹਿੰਦਾ ਪੀਲੇ ਰੰਗ ਦੀ ਹੋਏਗੀ ਤੇ ਫਿਸਾਤੀ ਸੁ ਇੰਤਰਾਮਬੇ ਫਿਆਂਕਾਤੇ ਦਲ ਵੇਇਕੋਲੋ ਗੱਡੀ ਦੀ ਦੋਨੋਂ ਸਾਈਡਾਂ ਤੇ ਲੱਗਾ ਹੋਏਗਾ ਜਦ ਕਿ ਉੱਤੇ ਕੀ ਦੱਸਿਆ ਆਪਾਂ ਨੂੰ ਫਿਸਾਤੀ ਅੰਤਰੀਓਰਮੇਂਤੇ ਐ ਪੋਸਟਰੀਓਰਮੇਂਤੇ ਮਤਲਬ ਕਿ ਅਗਲੇ ਹਿੱਸੇ ਤੇ ਤੇ ਪਿਛਲੇ ਹਿੱਸੇ ਤੇ ਲੱਗਾ ਹੋਏਗਾ ਇੱਥੇ ਕਹਿੰਦਾ ਪਿਆ ਵੀ ਉਹ ਸਾਈਡਾਂ ਤੇ ਲੱਗਾ ਹੋਏਗਾ ਫਿਆਂਕਾਤੇ ਦਲ ਵੇਇਕੋਲੋ ਤੇ ਲਿਖਿਆ ਹੋਇਆ ਟ੍ਰਾਂਸਪੋਰਟੋ ਐਕੈਸਿਓਨਾਲੇ ਸੋ i veicoli eccezionali che eccedono in lunghezza i limiti sagoma devono essere segnalati con due luci rosse supplementari che andavi jehdi gaddiyan da size vadda hunda hai chodai vich ohna nu jehda vadda sama transport karde peh ohna gaddi di gal karda paya devna sare segnalati ohna nu do lal laita lagge honi chahidiya supplementary falso aisa kuch vi load nahi hai ge utthe pannello lagi honi chahidiya transport to eccezionali di agge kenda paya due pannelli retroriflettenti a strisce bianche e nere ਪੋਸਟੀ ਅੰਤਰੀਰਮੈਂਟੇ ਇਹ ਪੋਸਟੀਰਮੈਂਟੇ ਅਲ ਵੈਕਲੋ ਇਹਦੇ ਚ ਕਹਿੰਦਾ ਵੀ ਕਹਿੰਦਾ ਸਤ੍ਰੀਸ਼ੇ ਜਿਹੜੇ ਹੋਣੇ ਚਾਹੀਦੇ ਜਿਹੜੀ ਲਾਈਨਾਂ ਵੱਜਣੀਆਂ ਉਹ ਕਾਲੇ ਤੇ ਚਿੱਟੇ ਰੰਗ ਦੀਆਂ ਹੋਣਗੀਆਂ ਇੱਥੇ ਆ ਕੇ ਫਾਲਸ ਹੋ ਗਿਆ ਕਿਉਂਕਿ ਕਾਲੇ ਚਿੱਟੇ ਨਹੀਂ ਚਿੱਟੇ ਲਾਲ ਰੰਗ ਦੀਆਂ ਹੁੰਦੀਆਂ ਨੇ ਤੇ ਅਗਲੇ ਪਿਛਲੇ ਹਿੱਸੇ ਤੇ ਹੋਣਾ ਚਾਹੀਦਾ ਅਗਲੇ ਪਿੱਛੇ ਨਹੀਂ ਸਾਈਡਾਂ ਵਾਲੇ ਹਿੱਸਿਆਂ ਤੇ ਹੋਏਗਾ ਠੀਕ ਹੈ ਜੀ ਸੋ ਇਥੋਂ ਫਾਲਸ ਹੋ ਵੱਧਿਆ ਅਗਲੇ ਸਵਾਲ ਤੇ ਇਹਦੀ ਵੀ ਇਤਿਹਾਸਿਕ ਸਰਕੂਲੇਸ਼ਨ ਨੇ ਜੋਨੀ ਫੈਸਟੀ ਵੀ ਪਰ ਇ ਵੈਕੂਲੀ ਅਦੀਬਿਤੀ ਅਲ ਟ੍ਰਾਂਸਪੋਰਟੋ ਦੀ ਮਰਚੀ ਦੀ ਮਾਸਾ ਕੰਪਲੇਸਿਵਾ ਆ ਪੀਨੋ ਕਾਰਿਕੋ ਸੁਪੀਰੀਓਰੇ ਆ 7.5 ਟੋਨੇਲਾਤੇ ਨੋਨ ਸੀ ਆਪਲੀਕਾ ਇ ਵੈਕੂਲੀ ਮੁਨੀਤੀ ਸੋ ਚਸਕੂਨੋ ਫਿਆਂਕਾਤਾ e sul retro di panelli a fondo verde con l'impresa in nero la lettera F falso ho gaya F nahi hovega ya te o D hovega ya o A ho sakda theek hai ji o depend karega ki gaddi ki transport kardi payi a col impresa in nero la lettera A indica che il veicolo su cui è posto trasporta azoto liquido kenda jehdi gaddi te A letter lagga hai o eh indicate karda hai ki o transport karda paya azoto liquid ਮਤਲਬ ਕਿ ਲਿਕੁਇਡ ਨਾਈਟ੍ਰੋਜਨ ਟਰਾਂਸਪੋਰਟ ਕਰਦਾ ਪਿਆ ਫਾਲਸੋ ਉਹ ਐਸਾਸਮਾ ਟਰਾਂਸਪੋਰਟ ਨਹੀਂ ਕਰਦਾ ਉਹ ਐਸਾਸਮਾ ਟਰਾਂਸਪੋਰਟ ਕਰਦਾ ਜਿਹੜਾ ਛੇਤੀ ਖਰਾਬ ਹੋ ਜੇ ਡੀ ਪੋਸਟੋਸੂ ਆਟੋਬਸ ਕੇ ਟਰਾਂਸਪੋਰਟੋ ਨੋ ਪਰਸੋਨੇ ਡਿਸਾਬਿਲੀ ਕਹਿੰਦਾ ਡੀ ਉਹਨਾਂ ਬੱਸਾਂ ਪਿੱਛੇ ਲੱਗਾ ਹੁੰਦਾ ਜਿਹੜਾ ਬੰਦੇ ਜਿਹੜੇ ਅਪਾਹਜ ਬੰਦੇ ਹੁੰਦੇ ਨੇ ਉਹਨਾਂ ਨੂੰ ਟਰਾਂਸਪੋਰਟ ਕਰਦੀ ਪਿਆ ਫਾਲਸੋ ਐਸਾ ਵੀ ਕੁਝ ਨਹੀਂ ਹੈਗਾ ਡੀ ਪੋ ਐਸ ਰੇ ਪੋਸਟੋਸੂ ਵੇਈਕੁਲੀ ਕੇ ਟਰਾਂਸਪੋਰਟੋ ਨੋ ਇਮਬਰਕਾਜ਼ਿਓਨੀ ਦਾ ਡੀਪੋਰਟੋ ਸੋ ਇਹ ਕਹਿੰਦਾ ਬਈ ਡੀ ਉਸ ਗੱਡੀਆਂ ਤੇ ਲੱਗਾ ਹੁੰਦਾ ਜੀੜੀ ਗੱਡੀਆਂ ਕਿਸ਼ਤੀਆਂ ਵਗੈਰਾ ਟਰਾਂਸਪੋਰਟ ਕਰਦੀਆਂ ਨੇ ਫਾਲਸੋ ਐਸਾ ਵੀ ਨਹੀਂ ਹੈਗਾ ਆਪਾਂ ਉੱਤੇ ਪੜ ਕੇ ਟੇ ਆਂ ਸੋ ਅਗੇ ਕਹਿੰਦਾ ਜੀ ਲੈਟਰ ਲੱਗਾ ਹੋਏਗਾ ਐਸੀ ਗੱਡੀਆਂ ਜਿਹੜੀ ਟਰਾਂਸਪੋਰਟ ਕਰਦੀਆਂ ਪਿਆ ਨੇ ਖਾਣ ਪੀਣ ਵਾਲਾ ਸਮਾਨ ਜਿਹੜਾ ਕਿ ਰੈਫਰਿਜਰੇਟੀਆਂ ਮਤਲਬ ਕਿ ਜਿਹੜਾ ਠੰਡਾ ਕੀਤਾ ਗਿਆ ਸੋ ਐਫਾਲਸੋ ਐਸਾ ਨਹੀਂ ਹੈਗਾ ਐਸ ਰਿਫਿਊਟੀ ਦਾ ਹੁੰਦਾ ਵੀ ਜਦੋਂ ਕੋਈ ਐਸਾ ਵੇਸਟ ਹੋਵੇ ਜਿਹੜਾ ਖਤਰਨਾਕ ਹੋਵੇ ਉਹਨੂੰ ਟਰਾਂਸਪੋਰਟ ਕਰਦਾ ਹੋਵੇ ਇਨੇਰ ਲਾ ਲੈਟਰ R ਅਪੋਸਟੋ ਸੁਈ ਵੇਕੁਲੀ ਦੇ ਮਾਸਸਾ ਕੰਪਲੇਸਿਵਾ ਆ ਪੀਏਨੋ ਕਾਰੀਕੋ ਸੁਪੇਰੀਓਰੇ ਆ 7.5 ਟੋਨੈਲਾਤੇ ਕੇ ਟ੍ਰਾਂਸਪੋਰਟੋ ਪੋਸਟਾ ਰਾਕੋਮਾਂਡਾਤਾ ਕਹਿੰਦਾ ਆ ਆਰ ਉਹ ਗੱਡੀਆਂ ਤੇ ਲੱਗਾ ਹੁੰਦਾ ਜਿਹੜੀ ਗੱਡੀਆਂ ਪੋਸਟੇ ਦਾ ਕੰਮ ਕਰਦੀਆਂ ਨੇ ਪੋਸਟੇ ਦਾ ਸਮਾਨ ਟ੍ਰਾਂਸਪੋਰਟ ਕਰਦੀਆਂ ਪਈਆਂ ਨੇ ਆਪਣੇ ਡਾਕ ਦਾ ਸਮਾਨ ਟ੍ਰਾਂਸਪੋਰਟ ਕਰਦੀਆਂ ਪਈਆਂ ਨੇ ਜਿਨ੍ਹਾਂ ਦਾ ਵਜ਼ਨ 7.5 ਟਨ ਤੋਂ ਜ਼ਿਆਦਾ ਹੈ ਫਾਲਸੋ ਐਸਾ ਵੀ ਨਹੀਂ ਹੈਗਾ ਸੋ ਜੀ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਕਿਉਂਕਿ ਬੜੀ ਲੰਮੀ ਹੋ ਗਈ ਆਪਣੀ ਵੀਡੀਓ ਅੱਜ ਦਾ ਚੈਪਟਰ ਆ ਪੇਸ ਸੀ ਬੜੀ ਲੰਮਾ ਸੀ ਸੋ ਕੱਲ ਨੂੰ ਆ ਜਿਹੜਾ ਕਿ ਆਪਣਾ ਤੀਸਰਾ ਚੈਪਟਰ ਆ ਤੇ ਪਰਸੋਂ ਆਪਾਂ ਸ਼ੁਰੂ ਕਰਾਂਗੇ ਫਿਰ ਚੌਥਾ ਚੈਪਟਰ ਸੋ ਚਲੋ ਜੀ ਹੁਣ ਗੱਲ ਕਰਦੇ ਆਂ ਆਪਣੀ ਪਿਛਲੀ ਵੀਡੀਓ ਦੇ ਪੁੱਛੇ ਗਿਆ ਸਵਾਲ ਤੇ ਨਵਾਂ ਸਵਾਲ ਸੋ ਜੇ ਆ ਮੈਂ ਪੁੱਛਿਆ ਸੀ ਪਿਛਲੀ ਵੀਡੀਓ ਚ ਸਵਾਲ ਜਿਹੜਾ ਕਿਸ ਇਲਾਕਾ ਕਰਤਾ ਤੱਕੀ ਗ੍ਰਾਫਿਕਾ ਦਲ ਕੋਂਡੂਚੈਂਤੇ ਆ ਵੈਲਿਡਿਟੀ ਅਮਿਨਿਸਟ੍ਰਾਟਿਵਾ ਦੀ 3 ਸਾਲੀ ਬੀ 3 ਸਾਲ ਦੀ ਵੈਲਿਡਿਟੀ ਹੁੰਦੀ ਆ ਇਸ ਕਾਰਡ ਦੀ ਕਰਤਾ ਤੱਕੀ ਗ੍ਰਾਫਿਕਾ ਕੋਂਡੂਚੈਂਤੇ ਵਾਲੇ ਦੀ ਸੋ ਫਾਲਸੋ ਇਹਦੀ 3 ਸਾਲ ਦੀ ਨਹੀਂ ਦੀ 5 ਸਾਲ ਦੀ ਵੈਲਿਡਿਟੀ ਹੁੰਦੀ ਆ ਸੋ ਹੁਣ ਗੱਲ ਕਰਦੇ ਆਂ ਆਪਣੇ ਅੱਜ ਦੀ ਵੀਡੀਓ ਦੇ ਸਵ ਸੋ ਇਹ ਜੀ ਸਾਡਾ ਅੱਜ ਦਾ ਸਵਾਲ ਆ ਕਰਤਾ ਤਾਂ ਕਿ ਗ੍ਰਾਫਿਕਾ ਦੀ ਕੰਟਰੋਲ ਹੋ ਐ ਆ ਫੋਂਡੋ ਬਲੂ ਐ ਵੈਲਿਦਾ 5 ਸਾਲ ਠੀਕ ਹੈ ਜੀ ਸੋ ਇਹ ਸਾਡਾ ਸਵਾਲ ਹੈ ਆਪਣਾ ਜਵਾਬ ਮੈਨੂੰ ਕਮੈਂਟਾਂ ਚ ਵੇਰਵਾ ਦਾ ਵੀ ਇਤਫਾਲਸੋ ਦਾ ਐ ਤੇ ਵੀਡੀਓ ਨੂੰ ਲਾਈਕ ਜਿੰਨਾ ਤੱਕ ਵੀ ਨਹੀਂ ਕੀਤਾ ਜ਼ਰੂਰ ਕਰਕੇ ਜਾਇ ਜਨਾ ਚੈਨਲ ਸਬਸਕ੍ਰਾਈਬ ਵੀ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਦੇਣ ਤੇ ਮਿਲਾਂਗੇ ਆਪ ਸੋ ਜੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਖਾ